ਇੱਕ ਵਾਰ ਇੱਕ ਬੱਚਾ ਆਪਣੇ ਪਾਪਾ ਦੇ ਨਾਲ ਕਿਤੇ ਘੁੰਮਣ ਵਾਸਤੇ ਜਾ ਰਿਹਾ ਹੁੰਦਾ ਹੈ ਤੇ ਰਸਤੇ ਚੋਂ ਇੱਕ ਰੈਸਟੋਰੈਂਟ ਤੇ ਰੁਕਦੇ ਹੈ। ਬੱਚਾ ਦੇਖਦਾ ਕਿ ਰੈਸਟੋਰੈਂਟ ਵਿੱਚ ਜਦੋਂ ਜਾਂਦਾ ਆਰਡਰ ਕਰਦੇ ਦੇਖਦਾ ਕਿ ਰੈਸਟੋਰੈਂਟ ਦਾ ਫਰਨੀਚਰ ਜਿਹੜਾ ਕਿ ਬਹੁਤ ਹਾਲਤ ਉਹਦੀ ਖਰਾਬ ਹੋ ਰਹੀ ਹੈ ਔਰ ਖਾਣਾ ਵੀ ਟੇਸਟੀ ਨਹੀਂ ਹੈ। ਤੇ ਉਹ ਆਪਣੇ ਫਾਦਰ ਨੂੰ ਪੁੱਛਦਾ ਕਿ ਪਾਪਾ ਅਸੀਂ ਤਾਂ ਬਹੁਤ ਗਰੀਬ ਹਾਂ ਔਰ ਅਸੀਂ ਬਹੁਤ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਹਾਂ ਲੇਕਿਨ ਇੰਨਾ ਅੱਛਾ ਰੈਸਟੋਰੈਂਟ ਹੈ ਲੇਕਿਨ ਰੈਸਟੋਰੈਂਟ ਮੇਨਟੇਨ ਕਿਉਂ ਨਹੀਂ ਹੈ। ਤੇ ਹੋਟਲ ਦਾ ਖਾਣਾ ਖਾਣ ਤੋਂ ਬਾਅਦ ਜਦੋਂ ਫਾਦਰ ਬਿੱਲ ਪੇ ਕਰਦਾ ਤੇ ਉਸਦਾ ਕਾਰਨ ਮਾਲਕ ਕੋਲੋਂ ਪੁੱਛਦਾ ਉਹਨਾਂ ਦੇ ਰੈਸਟੋਰੈਂਟ ਤੋਂ ਉਹ ਦੱਸਦਾ ਕਿ ਸਰ ਜਿਹੜਾ ਮੇਰਾ ਰੈਸਟੋਰੈਂਟ ਹੈ ਵਿੱਚ ਕਸਟਮਰ ਨਹੀਂ ਆਉਂਦਾ। ਸੋ ਦੈਟਸ ਵਾਈ ਕਿ ਜਿਹੜਾ ਮੇਰਾ ਘਰ ਦਾ ਖਰਚਾ ਜਿਹੜਾ ਬਾਹਰ ਟਰੱਕ ਖੜਾ ਹੋਇਆ ਟਰੱਕ ਦੇ ਤੋਂ ਚੱਲਦਾ ਹੈ ਤੇ ਉਹਦਾ ਬੱਚੇ ਦਾ ਫਾਦਰ ਉਹ ਟਰੱਕ ਵੱਲ ਦੇਖਦਾ ਉਹ ਜਾਂਦੇ ਹੋਏ ਟਰੱਕ ਦਾ ਇੰਜਨ ਨੂੰ ਇਸ ਤਰ੍ਹਾਂ ਖਰਾਬ ਕਰ ਦਿੰਦਾ ਕਿ ਉਹ ਦੁਬਾਰਾ ਕਦੇ ਠੀਕ ਨਾ ਹੋ ਪਾਏ। 3 ਸਾਲ ਬਾਅਦ ਜਦੋਂ ਬੱਚਾ ਦੁਬਾਰਾ ਉਸ ਰੈਸਟੋਰੈਂਟ ਦੇ ਉੱਪਰ ਨਿਕਲਦਾ ਤੇ ਦੇਖਦਾ ਦੇਖ ਕੇ ਹੈਰਾਨ ਹੋ ਜਾਂਦਾ ਕਿ ਜਿਹੜਾ 1 ਫਲੋਰ ਦਾ ਰੈਸਟੋਰੈਂਟ ਹੈ ਹੁਣ 4 ਫਲੋਰ ਦਾ ਰੈਸਟੋਰੈਂਟ ਬਣਿਆ ਔਰ ਬਾਹਰ ਬਹੁਤ ਸਾਰੇ ਕਸਟਮਰਸ ਦੀਆਂ ਗੱਡੀਆਂ ਖੜੀਆਂ ਹੋਈਆਂ ਤੇ ਬੜਾ ਐਕਸਾਈਟਿਡ ਹੁੰਦਾ ਉਹ ਅੰਦਰ ਜਾ ਕੇ ਦੇਖਦਾ ਤੇ ਉਹਦਾ ਰੀਜ਼ਨ ਪੁੱਛਦਾ ਮਾਲਕ ਕੋਲ ਕਿ ਤੁਹਾਡਾ ਰੈਸਟੋਰੈਂਟ ਤਾਂ ਬਹੁਤ ਅੱਛਾ ਚੱਲ ਰਿਹਾ ਇਹਦੇ ਵਿੱਚ ਰੀਜ਼ਨ ਕੀ ਹੈ। ਉਹ ਦੱਸਦਾ ਕਹਿੰਦਾ ਕਿ ਕੁਝ ਸਾਲ ਪਹਿਲੇ ਮੇਰਾ ਟਰੱਕ ਇਸ ਤਰ੍ਹਾਂ ਖਰਾਬ ਹੋ ਗਿਆ ਕਿ ਦੁਬਾਰਾ ਠੀਕ ਨਹੀਂ ਹੋ ਪਾਇਆ। ਸੋ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ, ਮੇਰੇ ਕੋਲ ਆਪਣੇ ਘਰ ਦਾ ਗੁਜ਼ਾਰਾ ਕਰਨਾ ਆਪਣੀ ਫੈਮਿਲੀ ਦਾ ਗੁਜ਼ਾਰਾ ਕਰਨ ਵਾਸਤੇ ਕੋਈ ਆਪਸ਼ਨ ਨਹੀਂ ਸੀ। ਸੋ ਦੈਟਸ ਵਾਈ ਮੈਂ ਉਹ ਟਰੱਕ ਨੂੰ ਸੇਲ ਕਰਕੇ ਜਿਹੜੇ ਮੇਰੇ ਕੋਲ ਪੈਸੇ ਇਕੱਠੇ ਹੋਏ ਮੈਂ ਆਪਣਾ ਫਰਨੀਚਰ ਚੇਂਜ ਕੀਤਾ, ਵੇਟਰ ਨੂੰ ਚੇਂਜ ਕੀਤਾ, ਸ਼ੈਫ ਨੂੰ ਚੇਂਜ ਕੀਤਾ, ਉਹ ਆਪਣੇ ਰੈਸਟੋਰੈਂਟ ਦਾ ਰੰਗ ਰੂਪ ਪੂਰਾ ਚੇਂਜ ਕਰ ਦਿੱਤਾ। ਆਫਟਰ ਦੈਟ ਮੈਨੂੰ ਪਤਾ ਲੱਗਿਆ ਕਿ ਜਿਹੜਾ ਮੇਰੇ ਹੋਟਲ ਮੈਨੇਜਮੈਂਟ ਔਰ ਰੈਸਟੋਰੈਂਟ ਨੂੰ ਬਿਜ਼ਨਸ ਕਰਨਾ ਮੇਰੇ ਖੂਨ ਦੇ ਵਿੱਚ ਸੀ। ਸੋ ਮੈਂ ਇੰਨਾ ਅੱਛਾ ਬਿਜ਼ਨਸ ਕੀਤਾ ਔਰ ਦਿਲੋਂ ਮੈਂ ਆਪਣਾ ਬਿਜ਼ਨਸ ਨੂੰ ਰਨ ਕੀਤਾ ਔਰ ਅੱਜ ਮੇਰੇ ਪੂਰੇ ਸਿਟੀ ਦੇ ਵਿੱਚ 1 ਨਹੀਂ 5 ਰੈਸਟੋਰੈਂਟ ਹੈ। ਸੋ ਦੋਸਤੋ ਮੈਂ ਤੁਹਾਡੇ ਕੋਲ ਪੁੱਛਣਾ ਚਾਹੂੰਗਾ ਕਿ ਤੁਹਾਡੀ ਲਾਈਫ ਦੇ ਵਿੱਚ ਕੋਈ ਐਸਾ ਖਰਾਬ ਟਰੱਕ ਤਾਂ ਨਹੀਂ ਹੈ, ਤੁਸੀਂ ਐਸੇ ਕੰਫਰਟ ਜ਼ੋਨ ਵਿੱਚ ਤਾਂ ਨਹੀਂ ਹੋ ਜਿੱਥੇ ਤੁਸੀਂ ਤੁਹਾਡੇ ਕੋਲ ਆਪਸ਼ਨ ਹੈ ਲੇਕਿਨ ਤੁਸੀਂ ਐਫਰਟਸ ਨਹੀਂ ਕਰ ਪਾ ਰਹੇ। ਸੋ ਕਿਸੇ ਨੇ ਬਹੁਤ ਅੱਛੀ ਗੱਲ ਕਹੀ ਹੈ ਕਿ ਅਗਰ ਤੁਸੀਂ ਗਰੀਬ ਫੈਮਿਲੀ 'ਚ ਪੈਦਾ ਹੁੰਦੇ ਹੋ ਤਾਂ ਉਹਦੇ 'ਚ ਤੁਹਾਡਾ ਕੋਈ ਕਸੂਰ ਨਹੀਂ, ਲੇਕਿਨ ਅਗਰ ਤੁਸੀਂ ਗਰੀਬ ਰਹਿ ਕੇ ਹੀ ਮਰ ਜਾਂਦੇ ਹੋ ਤਾਂ ਉਹਦੇ 'ਚ 100% ਕਸੂਰ ਸਿਰਫ ਔਰ ਸਿਰਫ ਤੁਹਾਡਾ ਹੀ ਹੈ।